ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀ, ਜਿਸ ਵਿਚਾਲੇ ਕਾਂਗਰਸ ਪਾਰਟੀ ਨੂੰ ਇੱਕ ਹੋਰ ਤਕੜਾ ਝਟਕਾ ਲੱਗ ਗਿਆ ਹੈ। ਕਾਂਗਰਸ ਦਾ ਉਮੀਦਵਾਰ ਭਾਜਪਾ ਦੇ ਉਮੀਦਵਾਰ ਦੀ ਗੱਡੀ ਦੇ ਵਿੱਚ ਬੈਠ ਗਿਆ ਹੈ। ਪੰਜਾਬ ਦੇ ਵਿੱਚ ਪ੍ਰਨੀਤ ਕੌਰ ਅਤੇ ਹੰਸ ਰਾਜ ਹੰਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਵਿਰੋਧ ਲੋਕਾਂ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਵੱਲੋਂ ਆਪਣੇ 4 ਨਵੇਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚੋਰਾਂ ਦੇ ਵੱਲੋਂ ਕਿਵੇਂ ਇੱਕੋ ਰਾਤ ਦੇ ਵਿੱਚ 6-6 ਦੁਕਾਨਾਂ ਤੋਂ ਚੋਰੀਆਂ ਕੀਤੀਆਂ ਜਾ ਰਹੀਆਂ ਨੇ, ਵੀਡੀਓਜ਼ ਵੀ ਸਾਹਮਣੇ ਆ ਗਈਆਂ ਨੇ। ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਉਹ ਕਿਉਂ, ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਲੋਕ ਸਭਾ ਚੋਣਾਂ ਤੋਂ ਕਰਦੇ ਹਾਂ। ਚੋਣਾਂ ਦੇ ਇਸ ਮਾਹੌਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਪੌਂ 12 ਹੁੰਦੀਆਂ ਨਜ਼ਰ ਆ ਰਹੀਆਂ ਨੇ ਅਤੇ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗ ਰਿਹਾ ਹੈ। ਗੁਜਰਾਤ ਦੇ ਸੂਰਤ ਤੋਂ ਖਬਰ ਸਾਹਮਣੇ ਆਈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਚੋਣ ਕਮਿਸ਼ਨ ਦੇ ਵੱਲੋਂ ਰੱਦ ਕਰਕੇ ਬਾਕੀਆਂ ਨੇ ਕਾਗਜ਼ ਵਾਪਸ ਲੈ ਲਏ ਅਤੇ ਚੋਣ ਕਮਿਸ਼ਨ ਨੇ ਭਾਜਪਾ ਦੇ ਉਮੀਦਵਾਰ ਮੁਕੇਸ਼ ਦਲਾਲ ਨੂੰ ਜੇਤੂ ਕਰਾਰ ਦੇ ਦਿੱਤਾ ਬਿਨਾਂ ਵੋਟਾਂ ਤੋਂ। ਅਤੇ ਅਜਿਹਾ ਹੀ ਕੁਝ ਸਨੈਰੀਓ, ਅਜਿਹਾ ਹੀ ਕੁਝ ਸੀਨ ਆ ਹੁਣ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਵੀ ਸਾਹਮਣੇ ਆ ਗਿਆ ਹੈ। ਇੰਦੌਰ ਤੋਂ ਕੈਲਾਸ਼ ਵਿਜੇ ਵਰਗੀ ਦੇ ਖਿਲਾਫ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਨੌਜਵਾਨ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ, ਉਮੀਦਵਾਰ ਬਣਾਇਆ ਗਿਆ ਸੀ। ਅਕਸ਼ੈ ਕਾਂਤੀ ਬੰਮ ਉਮੀਦਵਾਰ ਦਾ ਨਾਮ ਸੀ ਜਿਸ ਦੇ ਵੱਲੋਂ ਆਪਣੇ ਕਾਗਜ਼ ਵਾਪਸ ਲੈ ਗਏ, ਆਪਣੀ ਉਮੀਦਵਾਰੀ ਹੀ ਵਾਪਸ ਲੈ ਗਈ ਐਨ ਮੌਕੇ ਤੇ ਆ ਕੇ, ਅਤੇ ਉਮੀਦਵਾਰੀ ਵਾਪਸ ਲੈ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਹੀ ਉਮੀਦਵਾਰ ਦੀ ਗੱਡੀ ਦੇ ਵਿੱਚ ਬੈਠ ਗਏ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਚਲੇ ਗਏ। ਕਹਿਣ ਦਾ ਮਤਲਬ ਇਹ ਹੈ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਅਤੇ ਉਸਨੇ ਆਪਣੀ ਉਮੀਦਵਾਰੀ ਵੀ ਵਾਪਸ ਲੈ ਲਈ। ਮੁੱਖ ਤੌਰ 'ਤੇ ਇਸ ਸੀਟ ਤੋਂ ਮੁਕਾਬਲਾ, ਇੰਦੌਰ ਦੀ ਸੀਟ ਤੋਂ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੀ ਸੀ। ਕਾਂਗਰਸ ਪਾਰਟੀ ਨੇ ਆਪਣੇ ਨੌਜਵਾਨ ਆਗੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਹੜੇ ਕਿ ਪਹਿਲਾਂ ਕਦੇ ਵੀ ਚੋਣ ਨਹੀਂ ਲੜੇ ਸਨ। ਉਹਨਾਂ ਦੀ ਪਹਿਲੀ ਚੋਣ ਸੀ ਪਰ ਪਹਿਲੀ ਚੋਣ ਵੀ ਉਹ ਨਹੀਂ ਲੜੇ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ। ਕਾਂਗਰਸ ਪਾਰਟੀ ਲਈ ਇਹ ਬਹੁਤ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਅਤੇ ਇੰਦੌਰ ਦੀ ਸੀਟ ਜਿੱਥੇ ਕਿ ਭਾਜਪਾ ਪਹਿਲਾਂ ਹੀ ਬਹੁਤ ਮਜ਼ਬੂਤ ਮੰਨੀ ਜਾ ਰਹੀ ਸੀ, ਇਸ ਦੇ ਬਾਵਜੂਦ ਜਿਵੇਂ ਸੂਰਤ ਬਹੁਤ ਜ਼ਿਆਦਾ ਮਜ਼ਬੂਤ ਸੀ ਭਾਜਪਾ, ਇਸ ਦੇ ਬਾਵਜੂਦ ਵੋਟਾਂ ਤੋਂ ਬਗੈਰ ਹੀ ਭਾਜਪਾ ਜਿੱਤ ਗਈ ਅਤੇ ਇੰਦੌਰ ਦੇ ਵਿੱਚ ਵੀ ਭਾਜਪਾ ਪੂਰੀ ਮਜ਼ਬੂਤ, ਸਭ ਤੋਂ ਜ਼ਿਆਦਾ ਸੰਭਾਵਨਾਵਾਂ ਜਿੱਤ ਦੀਆਂ ਭਾਜਪਾ ਦੀਆਂ ਹੀ ਸਨ। ਇਸ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਵਾਪਸ ਕਰਵਾ ਕੇ ਉਸ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਕਰਕੇ ਆਪਣੀ 100% ਜਿੱਤ ਤੇ ਮੋਹਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਗਵਾ ਲਈ ਗਈ ਹੈ। ਇੰਝ ਜਾਪਦਾ ਹੈ ਕਿ ਜਿਵੇਂ ਵੋਟਾਂ ਕਰਵਾਉਣ ਦੇ ਮੂਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਹੀਂ ਹੈ ਅਤੇ ਸੋਚ ਰਹੀ ਹੈ ਕਿ ਜਿੰਨੀਆਂ ਵੀ ਸੀਟਾਂ ਤੇ ਵੱਧ ਤੋਂ ਵੱਧ ਬਿਨਾਂ ਵੋਟਾਂ ਤੇ ਜਿੱਤਿਆ ਜਾ ਸਕੇ, ਵੋਟਾਂ ਤੋਂ ਪਹਿਲਾਂ ਹੀ ਉਹ ਸੀਟਾਂ ਜਿੱਤ ਲਈਆਂ ਜਾਣ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ ਨੇ, ਉਹ ਜਿੱਥੇ ਵੀ ਜਾਂਦੇ ਨੇ ਕਿਸਾਨ ਉਹਨਾਂ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਨੇ। ਪਟਿਆਲਾ ਦੇ ਬਹਾਦਰਗੜ੍ਹ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰਨੀਤ ਕੌਰ ਪਹੁੰਚੇ, ਉਹਨਾਂ ਤੋਂ ਪਹਿਲਾਂ ਕਿਸਾਨ ਪਹੁੰਚੇ ਅਤੇ ਜ਼ਬਰਦਸਤ ਨਾਅਰੇਬਾਜ਼ੀ, ਕਾਲੀਆਂ ਝੰਡੀਆਂ ਵਿਖਾਈਆਂ, ਮੁਰਦਾਬਾਦ ਦੇ ਨਾਅਰੇ ਭਾਜਪਾ ਦੇ ਖਿਲਾਫ, ਪ੍ਰਨੀਤ ਕੌਰ ਦੇ ਖਿਲਾਫ, ਨਰਿੰਦਰ ਮੋਦੀ ਦੇ ਖਿਲਾਫ, ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਇਸ ਮੌਕੇ ਕਿਸਾਨਾਂ ਦੇ ਵੱਲੋਂ ਕੀਤੀ ਗਈ।
ਪ੍ਰਨੀਤ ਕੌਰ ਤੋਂ ਵਿਰੋਧ ਬਾਰੇ ਪੁੱਛਿਆ ਗਿਆ। ਉਹਨਾਂ ਨੇ ਆਖਿਆ ਇਹ ਚੁਣਾਵੀ ਮੈਦਾਨ ਹੈ, ਇੱਥੇ ਕੋਈ ਤੁਹਾਡਾ ਸਮਰਥਨ ਕਰਦਾ ਹੈ ਅਤੇ ਕੋਈ ਤੁਹਾਡਾ ਵਿਰੋਧ ਕਰਦਾ ਹੈ, ਤੁਸੀਂ ਆਪਣੇ ਕੰਮ ਦੱਸੋ, ਆਪਣਾ ਏਜੰਡਾ ਦੱਸੋ, ਵੋਟਾਂ ਹੋਣਗੀਆਂ, ਨਤੀਜੇ ਆਉਣਗੇ, ਪਤਾ ਲੱਗ ਜਾਏਗਾ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ। ਇਹ ਗੱਲ ਕਹਿ ਕੇ ਟਾਲਾ ਵੱਟ ਲਿਆ ਪ੍ਰਨੀਤ ਕੌਰ ਨੇ ਕਿਸਾਨਾਂ ਦੇ ਵਿਰੋਧ ਤੋਂ। ਮੋਗਾ ਦੇ ਵਿੱਚ ਹੰਸਰਾਜ ਹੰਸ ਦਾ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਵਿਰੋਧ ਕੀਤਾ। ਹੰਸਰਾਜ ਹੰਸ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਉਹ ਆਖ ਰਹੇ ਨੇ ਮੈਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਇਹ ਸਾਰਾ ਸਿਆਪਾ ਹੀ ਨਿਬੇੜ ਦੇਣਾ ਹੈ, ਇਹਨਾਂ ਨੇ ਮੈਨੂੰ ਮਿੰਨਤ ਰਾਜ ਮਿੰਨਤ ਬਣਾ ਕੇ ਰੱਖ ਦਿੱਤਾ ਹੈ, ਮੈਂ ਮਿੰਨਤਾਂ ਕਰਦਾ ਫਿਰਦਾ, ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਕੇ ਮੈਂ ਇਹ ਕੰਮ ਹੀ ਨਿਬੇੜ ਦੇਣਾ ਹੈ। ਮੇਰੇ ਪਿੱਛੇ ਇਕੱਲੇ ਦੇ ਪਤਾ ਨਹੀਂ ਕਿਉਂ ਪਏ ਨੇ, ਭਾਜਪਾ ਨੇ ਬਾਕੀ ਉਮੀਦਵਾਰਾਂ ਦਾ ਵੀ ਤਾਂ ਐਲਾਨ ਕੀਤਾ ਹੀ ਹੋਇਆ ਹੈ, ਇਹ ਸਿਰਫ ਮੇਰੇ ਪਿੱਛੇ ਪਏ ਹੋਏ ਨੇ। ਉਹਨਾਂ ਨੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਪੁੱਛ ਲਿਆ ਸ਼ੁਭਕਰਨ ਨੂੰ ਕਿਉਂ ਮਾਰਿਆ, MSP ਦੀ ਕਾਨੂੰਨੀ ਗਰੰਟੀ ਕਿਉਂ ਨਹੀਂ ਦਿੱਤੀ, ਜੋ ਵਾਅਦੇ ਕੀਤੇ ਸਨ ਅੰਦੋਲਨ ਖਤਮ ਕਰਵਾਉਣ ਵੇਲੇ ਉਹ ਪੂਰੇ ਕਿਉਂ ਨਹੀਂ ਕੀਤੇ। ਹੰਸਰਾਜ ਹੰਸ ਨੇ ਇਹਨਾਂ ਦਾ ਕੀ ਜਵਾਬ ਦੇਣਾ ਸੀ ਉਹ ਜਾਣ ਲੱਗੇ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ। ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਿੱਧਾ ਸਿੱਧਾ ਹੀ ਐਲਾਨ ਕਰ ਦਿੱਤਾ ਹੈ ਕਿ ਹਾਂ ਜਿੱਥੇ ਚਾਹੋ ਸਾਡਾ ਵਿਰੋਧ ਕਰੋ। ਭਾਰਤੀ ਜਨਤਾ ਪਾਰਟੀ ਦਾ ਜਿੰਨਾ ਵਿਰੋਧ ਕਰ ਸਕਦੇ ਹਨ ਪੰਜਾਬ ਦੇ ਕਿਸਾਨ ਕਰ ਲੈਣ। ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹਰਜੀਤ ਗਰੇਵਾਲ ਨੂੰ ਜਦੋਂ ਸਵਾਲਾਂ ਦੇ ਬਾਰੇ ਪੁੱਛਿਆ ਗਿਆ, ਜੋ ਕਿਸਾਨ ਸਵਾਲ ਪੁੱਛਦੇ ਨੇ ਤਾਂ ਉਹਨਾਂ ਨੂੰ ਕੋਈ ਜਵਾਬ ਨਾ ਸੁੱਝਾ, ਫਿਰ ਕਿਸਾਨਾਂ ਨੇ ਪੁੱਛਿਆ ਮਤਲਬ ਅਸੀਂ ਤੁਹਾਡਾ ਵਿਰੋਧ ਕਰੀਏ, ਹਰਜੀਤ ਗਰੇਵਾਲ ਨੇ ਆਖਿਆ ਕਰ ਲਓ, ਜਿੰਨਾ ਵਿਰੋਧ ਹੋ ਸਕਦਾ ਹੈ ਕਰ ਲਓ, ਸਾਨੂੰ ਪਿੰਡਾਂ ਦੇ ਵਿੱਚ ਨਾ ਵੜਨ ਦਿਓ। ਸਿੱਧੀ ਸਿੱਧੀ ਗੱਲ ਹਰਜੀਤ ਗਰੇਵਾਲ ਦੇ ਵੱਲੋਂ ਆਖ ਦਿੱਤੀ ਗਈ ਹੈ। ਉਹ ਅੱਕ ਗਏ ਨੇ ਕਿਉਂਕਿ ਵਾਰ ਵਾਰ ਕਿਸਾਨਾਂ ਦੇ ਵੱਲੋਂ ਸਵਾਲ ਪੁੱਛੇ ਜਾਂਦੇ ਨੇ। ਪੁੱਛਿਆ ਗਿਆ ਸ਼ੁਭਕਰਨ ਸਿੰਘ ਨੂੰ ਕਿਉਂ ਮਰਵਾਇਆ, ਉਹਨਾਂ ਨੇ ਆਖਿਆ ਅਸੀਂ ਨਹੀਂ ਮਰਵਾਇਆ, ਭਾਜਪਾ ਦੀ ਸਰਕਾਰ ਹੈ ਹਰਿਆਣੇ ਦੇ ਵਿੱਚ, ਤੁਸੀਂ ਭਾਜਪਾ ਦੇ ਲੀਡਰ ਹੋ। ਹਰਜੀਤ ਗਰੇਵਾਲ ਨੇ ਆਖਿਆ ਹਰਿਆਣੇ ਦੀ ਸਰਕਾਰ ਦੇ ਵਿੱਚ ਮੇਰਾ ਕੀ ਕੰਮ। ਕਿਸਾਨਾਂ ਨੇ ਆਖਿਆ ਭਾਜਪਾ ਲਈ ਵੋਟਾਂ ਮੰਗਣ ਆਏ ਹੋ, ਭਾਜਪਾ ਦੀ ਹੀ ਸਰਕਾਰ ਹੈ ਜਿਹੜੀ ਕਿਸਾਨਾਂ ਨੂੰ ਗੋਲੀਆਂ ਮਾਰਦੀ ਹੈ, ਜਵਾਬ ਦਿਓ। ਉਹਨਾਂ ਨੇ ਆਖਿਆ ਮੇਰੇ ਕੋਲ ਇਸ ਦਾ ਕੋਈ ਵੀ ਜਵਾਬ ਨਹੀਂ ਹੈ, ਤੁਸੀਂ ਵਿਰੋਧ ਕਰਨਾ ਹੈ ਪਿੰਡਾਂ ਦੇ ਵਿੱਚ, ਸਾਡਾ ਵਿਰੋਧ ਕਰ ਲਓ, ਅਸੀਂ ਪਿੰਡਾਂ ਦੇ ਵਿੱਚ ਆਵਾਂਗੇ, ਤੁਸੀਂ ਵਿਰੋਧ ਕਰੋ, ਵੋਟਾਂ ਪੈਣਗੀਆਂ, ਨਤੀਜੇ ਆਉਣਗੇ, ਵਿਰੋਧ ਕਰਨਾ ਹੈ ਤਾਂ ਕਰੀ ਜਾਓ। ਹਰਜੀਤ ਗਰੇਵਾਲ ਨੇ ਅੱਕ ਕੇ ਇਹ ਐਲਾਨ ਕਰ ਦਿੱਤਾ ਹੈ। ਅੱਗੇ ਵੱਧਦੇ ਹਾਂ, ਆਮ ਆਦਮੀ ਪਾਰਟੀ ਦਾ ਵੀ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਪੰਜਾਬੀ ਮੇਰੇ ਤੋਂ ਬਹੁਤ ਖੁਸ਼ ਨੇ, ਇੱਕ ਘਰ ਦੇ ਵਿੱਚ ਮੈਂ ਤਿੰਨ ਤਿੰਨ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਨੇ, ਸਾਰੇ ਪੰਜਾਬ ਦੇ ਬਿਜਲੀ ਦੇ ਬਿੱਲ ਮੈਂ ਜ਼ੀਰੋ ਕਰ ਦਿੱਤੇ ਨੇ, ਰਿਸ਼ਵਤਖੋਰੀ ਮੈਂ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੀ ਹੈ, ਸਰਕਾਰੀ ਹਸਪਤਾਲਾਂ ਦੇ ਵਿੱਚ 100% ਦਵਾਈਆਂ ਮੁਫ਼ਤ ਮਿਲੀ ਜਾਂਦੀਆਂ ਨੇ, 1.5 ਕਰੋੜ ਪੰਜਾਬੀ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਵਾ ਕੇ ਠੀਕ ਹੋ ਗਿਆ ਹੈ, ਸਰਕਾਰੀ ਥਰਮਲ ਪਲਾਂਟ ਮੈਂ ਇੱਕ ਹੋਰ ਖਰੀਦ ਲਿਆ ਹੈ। ਹੋਰ ਦੱਸੋ ਕੀ ਚਾਹੀਦਾ, ਰੰਗਲੇ ਪੰਜਾਬ ਦੀਆਂ ਝਲਕਾਂ ਮੈਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਕਿਸਾਨਾਂ ਨੂੰ ਮੈਂ ਉਸੇ ਵੇਲੇ ਹੀ ਫਸਲਾਂ ਦਾ ਮੁਆਵਜ਼ਾ ਦੇ ਦਿੰਦਾ, ਉਹਨਾਂ ਨੂੰ ਨਹਿਰੀ ਪਾਣੀ ਮੈਂ ਮੁਹੱਈਆ ਕਰਵਾ ਰਿਹਾ, ਬਿਜਲੀ 24 ਘੰਟੇ, ਮੋਟਰਾਂ ਵਾਲੀ ਵੀ ਆ ਰਹੀ ਹੈ, ਮੈਂ ਤਾਂ ਬਹੁਤ ਵਧੀਆ ਸਰਕਾਰ ਚਲਾ ਰਿਹਾ, ਪੰਜਾਬ ਦੇ ਲੋਕ ਬਹੁਤ ਖੁਸ਼ ਨੇ। ਇਸ ਦੇ ਬਾਵਜੂਦ ਭਗਵੰਤ ਮਾਨ ਜਿੱਥੇ ਵੀ ਜਾਂਦੇ ਨੇ ਉਹਨਾਂ ਦਾ ਜ਼ਬਰਦਸਤ ਵਿਰੋਧ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ, ਵੱਖ ਵੱਖ ਵਰਗਾਂ ਦੇ ਵੱਲੋਂ ਕੀਤਾ ਜਾਂਦਾ ਹੈ। ਬੀਤੇ ਦਿਨ ਉਹ ਸੰਗਰੂਰ ਪਹੁੰਚੇ ਸੀ, ਕਿਸਾਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਅਤੇ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਵੀ ਉਹਨਾਂ ਦਾ ਵਿਰੋਧ ਕੀਤਾ। ਹੁਣ ਉਹ ਰੋਪੜ ਦੇ ਵਿੱਚ ਮਾਲਵਿੰਦਰ ਸਿੰਘ ਕੰਗ ਦੇ ਲਈ ਰੋਡ ਸ਼ੋਅ ਕਰਨ ਲਈ ਪਹੁੰਚੇ ਸਨ, ਉੱਥੇ ਵੀ ਜਲ ਸਪਲਾਈ ਮਹਿਕਮੇ ਦੇ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਅਜਿਹੀਆਂ ਮੀਡੀਆ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ। ਪਰ ਇੰਨੀ ਜ਼ਬਰਦਸਤ ਸਿਕਿਉਰਿਟੀ ਨਾਲ ਲੈ ਕੇ ਚੱਲਦੇ ਨੇ ਭਗਵੰਤ ਮਾਨ ਕਿ ਉਹਨਾਂ ਦੇ ਨੇੜੇ ਤੇੜੇ ਵੀ ਪ੍ਰਦਰਸ਼ਨਕਾਰੀ ਨਹੀਂ ਪਹੁੰਚ ਪਾਉਂਦੇ। ਰੋਡ ਸ਼ੋਅ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਉਨੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਇਸ
ਰੋਡ ਸ਼ੋਅ ਦੇ ਵਿੱਚ ਨਹੀਂ ਦਿਖਾਈ ਦਿੰਦੇ। ਜਿੰਨੀ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮਾਂ ਨੂੰ ਲੈ ਕੇ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਲੈ ਕੇ ਭਗਵੰਤ ਮਾਨ ਫਿਰ ਰਹੇ ਨੇ ਬਹੁਤ ਜ਼ਬਰਦਸਤ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਅਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਰੋਪੜ ਦੇ ਇਸ ਰੋਡ ਸ਼ੋਅ ਦੇ ਵਿੱਚ ਭਗਵੰਤ ਮਾਨ ਦੇ ਨਾਲ ਵੇਖੇ ਜਾ ਸਕਦੇ ਨੇ। ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਉਹੀ ਗੱਲਾਂ ਆਖੀਆਂ, ਮੈਂ ਆਮ ਘਰਾਂ ਦਾ ਮੁੰਡਾ ਹਾਂ, ਸੁਖਬੀਰ ਬਾਦਲ ਹੋਰਾਂ ਨੂੰ ਕਿਸਾਨੀ ਬਾਰੇ ਕੁਝ ਵੀ ਪਤਾ ਨਹੀਂ ਹੈ, ਉਹਨਾਂ ਨੂੰ ਨੱਕਾ ਪਤਾ ਨਹੀਂ ਹੈ, ਗੰਨੇ ਕਿਵੇਂ ਬੀਜੀਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ, ਹਰਸਿਮਰਤ ਕੌਰ ਬਾਦਲ ਨੂੰ ਵੀ ਪੰਜਾਬੀ ਨਹੀਂ ਆਉਂਦੀ ਆ, ਪਹਾੜਾਂ ਵਾਲੇ ਸਕੂਲਾਂ ਦੇ ਵਿੱਚ ਪੜ੍ਹੇ ਨੇ, ਕਾਂਗਰਸੀ ਆਪਸ ਵਿੱਚ ਲੜਦੇ ਫਿਰਦੇ ਨੇ, ਉਹਨਾਂ ਦੀਆਂ ਕੋਈ ਟਿਕਟਾਂ ਨਹੀਂ ਲੈ ਰਿਹਾ, ਸਾਡੇ ਉਮੀਦਵਾਰ ਸਾਰੇ ਬਹੁਤ ਵਧੀਆ ਨੇ, ਉਹ ਭਗਵੰਤ ਮਾਨ ਹੀ ਨੇ, ਇਹਨਾਂ ਨੂੰ ਮੈਂ ਪਾਸਵਰਡ ਦਿਆਂਗਾ, ਸਾਰਾ ਕੁਝ ਮੈਨੂੰ ਪਤਾ ਹੈ, ਆਪਣੇ 13 ਦੇ 13 MP ਜਿਤਾਓ, ਪੈਸੇ ਨਹੀਂ ਰੁਕਣਗੇ। ਕੇਂਦਰ ਸਰਕਾਰ ਦੇ ਵਿੱਚ ਜੋ ਕੇਂਦਰ ਸਰਕਾਰ ਬਣਨ ਜਾ ਰਹੀ ਹੈ, ਆਮ ਆਦਮੀ ਪਾਰਟੀ ਦੇ ਸਹਿਯੋਗ ਤੋਂ ਬਿਨਾਂ ਉਹ ਸਰਕਾਰ ਨਹੀਂ ਬਣੇਗੀ। ਉਹੀ ਸਾਰੀਆਂ ਗੱਲਾਂ ਭਗਵੰਤ ਮਾਨ ਦੇ ਵੱਲੋਂ ਰੋਪੜ ਦੇ ਵਿੱਚ ਵੀ ਕੀਤੀਆਂ ਗਈਆਂ ਅਤੇ ਰੂਪਨਗਰ ਦੇ ਲੋਕਾਂ ਤੋਂ ਵੀ ਵੋਟਾਂ ਪਾਉਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ। ਅੱਗੇ ਵਧਦੇ ਹਾਂ। ਕਾਂਗਰਸ ਪਾਰਟੀ ਨੇ ਵੀ ਆਪਣੇ 4 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਉਮੀਦਵਾਰਾਂ ਦਾ ਐਲਾਨ ਅਜਿਹਾ ਕੀਤਾ, ਪੰਜਾਬ ਦੀ ਸਿਆਸਤ ਨੂੰ ਕਾਂਗਰਸ ਨੇ ਹਿਲਾ ਕੇ ਰੱਖ ਦਿੱਤਾ, ਕਿਉਂਕਿ ਵੱਡੇ ਵੱਡੇ ਚਿਹਰੇ ਪ੍ਰਧਾਨ ਸਮੇਤ ਮੈਦਾਨ ਦੇ ਵਿੱਚ ਉਤਾਰ ਦਿੱਤੇ। ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ, ਇਸ ਤੋਂ ਇਲਾਵਾ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੂੰ ਹੀ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਟਿਕਟ ਕਾਂਗਰਸ ਪਾਰਟੀ ਦੇ ਵੱਲੋਂ ਦੇ ਦਿੱਤੀ ਗਈ। ਚਾਰੇ ਧਾਕੜ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਕੰਮ ਕਾਂਗਰਸ ਦੇ ਵੱਲੋਂ ਕਰ ਦਿੱਤਾ ਗਿਆ। ਗੱਲ ਲੁਧਿਆਣਾ ਸੀਟ ਦੀ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਨੇ ਬੜਕਾਂ ਮਾਰੀਆਂ ਸਨ, ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਸ ਸੀਟ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ ਅਤੇ ਇਸੇ ਕਰਕੇ ਹੀ ਪ੍ਰਧਾਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਟਿਕਟ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਆਖਿਆ, ਪਾਰਟੀ ਨੇ ਜੇਕਰ ਮੇਰੀ ਡਿਊਟੀ ਲਾਈ ਹੈ, ਵੇਖਿਓ ਬਣਦਾ ਕੀ ਹੈ। ਪਹਿਲਾਂ ਵੀ ਜਿੱਥੇ ਜਿੱਥੇ ਮੇਰੀਆਂ ਡਿਊਟੀਆਂ ਲੱਗੀਆਂ ਨੇ, ਮਨਪ੍ਰੀਤ ਬਾਦਲ ਦੇ ਖਿਲਾਫ ਗਿੱਦੜਬੇ ਤੋਂ ਮੇਰੀ ਡਿਊਟੀ ਲੱਗੀ ਸੀ, ਮੈਂ ਹਰਾ ਦਿੱਤਾ ਸੀ। ਹਰਸਿਮਰਤ ਕੌਰ ਬਾਦਲ ਦੇ ਖਿਲਾਫ ਡਿਊਟੀ ਲੱਗੀ, ਬਸ ਫਰਕ ਥੋੜ੍ਹਾ ਜਿਹਾ ਹੀ ਰਹਿ ਗਿਆ ਸੀ। ਹੁਣ ਲੁਧਿਆਣੇ ਆਇਆ, ਲੱਗ ਪਤਾ ਜਾਣਾ ਹੈ ਕੀ ਭਾਅ ਤੁਲਦੀ ਹੈ। ਇਹ ਗੱਦਾਰਾਂ ਦੇ ਨਾਲ ਸਾਡਾ ਮੁਕਾਬਲਾ ਹੋਣ ਜਾ ਰਿਹਾ ਲੁਧਿਆਣਾ ਤੋਂ। ਲੁਧਿਆਣਾ ਦੀ ਕਾਂਗਰਸ ਪਾਰਟੀ ਦੇ ਵੱਲੋਂ, ਕਾਂਗਰਸ ਇਕਾਈ ਦੇ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਸਾਡਾ ਪੰਜਾਬ ਦਾ ਪ੍ਰਧਾਨ ਜੇਕਰ ਉਮੀਦਵਾਰ ਐਲਾਨਿਆ ਗਿਆ ਹੈ, ਅਸੀਂ ਸਾਰੇ ਇਕਜੁੱਟ ਹੋ ਕੇ ਰਾਜਾ ਵੜਿੰਗ ਦਾ ਸਾਥ ਦਿਆਂਗੇ ਅਤੇ ਘੱਟੋ ਘੱਟ 1,00,000 ਦੀ ਲੀਡ ਦੇ ਨਾਲ ਕਾਂਗਰਸ ਪਾਰਟੀ ਲੁਧਿਆਣੇ ਤੋਂ ਜਿੱਤੇਗੀ। ਕਾਂਗਰਸ ਪਾਰਟੀ ਨੇ ਇਹ ਐਲਾਨ ਕਰ ਦਿੱਤਾ ਹੈ। ਅੱਗੇ ਵਧਦੇ ਹਾਂ। ਗੱਲ ਜੇਕਰ ਕਰੀਏ ਸੰਗਰੂਰ ਦੀ, ਸੁਖਪਾਲ ਸਿੰਘ ਖਹਿਰਾ ਏਕਾ ਕਰਵਾਉਣ ਦੇ ਵਿੱਚ ਕਾਮਯਾਬ ਹੋ ਗਏ ਸਨ, ਪਰ ਦਲਵੀਰ ਗੋਲਡੀ ਇੱਕ ਵਾਰ ਫਿਰ ਤੋਂ ਨਾਰਾਜ਼ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ 'ਤੇ ਉਹਨਾਂ ਨੇ ਇੱਕ ਸ਼ਾਇਰਾਨਾ ਪੋਸਟ ਪਾਈ, ਜਿਸ ਦੇ ਵਿੱਚ ਨਵੇਂ ਰਾਹ ਲੱਭਣ ਦੀ ਗੱਲ ਉਹਨਾਂ ਨੇ ਲਿਖ ਦਿੱਤੀ। ਸਿਆਸਤ ਦੇ ਵਿੱਚ ਰੌਲਾ ਪੈ ਗਿਆ, ਨਵਾਂ ਰਾਹ ਕਿਹੜਾ ਹੈ? ਭਾਰਤੀ ਜਨਤਾ ਪਾਰਟੀ ਉਹਨਾਂ ਦਾ ਨਵਾਂ ਰਾਹ ਹੋ ਸਕਦਾ ਹੈ, ਕਿਉਂਕਿ ਸੰਗਰੂਰ ਤੋਂ ਭਾਜਪਾ ਨੇ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ। ਹੁਣ ਚਰਚਾਵਾਂ ਇਹ ਚੱਲ ਪਈਆਂ ਨੇ ਸਿਆਸਤ ਦੇ ਵਿੱਚ ਕਿ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਅਤੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਸੁਖਪਾਲ ਸਿੰਘ ਖਹਿਰਾ ਕਾਂਗਰਸੀ ਉਮੀਦਵਾਰ ਨੇ, ਉਹਨਾਂ ਨੇ ਆਖਿਆ, ਮੈਂ ਗੋਲਡੀ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਸੰਪਰਕ ਨਹੀਂ ਹੋ ਰਿਹਾ, ਪਰ ਕਾਂਗਰਸ ਪਾਰਟੀ ਛੱਡ ਕੇ ਕਿਸੇ ਹੋਰ ਪਾਸੇ ਜਾਣ ਦੀ ਗਲਤੀ
ਨਹੀਂ ਕਰਨੀ ਚਾਹੀਦੀ ਹੈ। ਦਲਵੀਰ ਗੋਲਡੀ ਨੂੰ ਉਹ ਨੌਜਵਾਨ ਆਗੂ ਹੈ, ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਕਿ ਪਾਰਟੀ ਕਿਸੇ ਬੰਦੇ ਦੇ ਨਾਲ ਹੁੰਦੀ ਹੈ। ਦੇਖ ਲੈਣਾ ਚਾਹੀਦਾ ਹੈ ਕਿ ਕਿੰਨੇ ਵੱਡੇ ਵੱਡੇ ਲੀਡਰ ਛੱਡ ਕੇ ਕਾਂਗਰਸ ਨੂੰ ਜਾ ਚੁੱਕੇ ਨੇ ਅਤੇ ਉਹਨਾਂ ਦਾ ਅੱਗੇ ਜਾ ਕੇ ਬਣਿਆ ਕੀ ਹੈ, ਕੈਪਟਨ ਅਮਰਿੰਦਰ ਸਿੰਘ ਵਰਗੇ ਲੀਡਰ ਉਹਨਾਂ ਦਾ ਕੀ ਬਣਿਆ ਹੈ। ਇਸ ਕਰਕੇ ਕੋਈ ਵੀ ਗਲਤ ਕਦਮ ਗੋਲਡੀ ਨੂੰ ਨਹੀਂ ਚੁੱਕਣਾ ਚਾਹੀਦਾ। ਸੁਖਪਾਲ ਖਹਿਰਾ ਨੇ ਇਹ ਸਲਾਹ ਦਲਵੀਰ ਸਿੰਘ ਗੋਲਡੀ ਨੂੰ ਦੇ ਦਿੱਤੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਖਿਆ ਸੀ ਇਹ ਬਾਬੇ ਨਾਨਕ ਦੀ ਤੱਕੜੀ ਹੈ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਹੈ, ਬਾਬੇ ਨਾਨਕ ਦੀ ਤੱਕੜੀ ਨੂੰ ਵੋਟਾਂ ਪਾ ਦਿਓ, ਰੌਲਾ ਪੈ ਗਿਆ ਸੀ, ਵਿਵਾਦ ਹੋ ਗਿਆ ਸੀ। ਹੁਣ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਲੋਕਾਂ ਨੂੰ ਆਖ ਰਹੇ ਨੇ ਇਹ ਬਾਬੇ ਨਾਨਕ ਦਾ ਪੰਜਾ ਹੈ, ਇਹ ਜੋ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੈ ਇਹ ਸਾਡੇ ਗੁਰੂਆਂ ਦਾ ਪੰਜਾ ਹੈ। ਜੇਕਰ ਤੁਸੀਂ ਗੁਰੂਆਂ ਦੀਆਂ ਫੋਟੋਆਂ ਵੇਖੋ, ਉਹਨਾਂ ਨੇ ਹਰ ਥਾਂ 'ਤੇ ਅੱਗੇ ਪੰਜਾ ਕੀਤਾ ਹੋਇਆ ਹੈ ਅਤੇ ਕਾਂਗਰਸ ਪਾਰਟੀ ਨੇ ਇਸ ਚੋਣ ਨਿਸ਼ਾਨ ਨੂੰ ਚੁਣਿਆ ਹੀ ਇਸ ਕਰਕੇ ਹੈ। ਗੁਰੂਆਂ ਦਾ ਪੰਜਾ ਹੋਣ ਦੇ ਕਰਕੇ ਕਾਂਗਰਸ ਪਾਰਟੀ ਨੇ ਇਸ ਚੋਣ ਨਿਸ਼ਾਨ ਨੂੰ ਚੁਣਿਆ ਹੈ। ਅੰਮ੍ਰਿਤਾ ਵੜਿੰਗ ਨੇ ਇਹ ਬਹੁਤ ਵੱਡਾ ਵਿਵਾਦਿਤ ਬਿਆਨ ਦੇ ਦਿੱਤਾ, ਇਹ ਵੀ ਆਖ ਦਿੱਤਾ ਹੁਣ ਬਾਬੇ ਨਾਨਕ ਦੇ ਪੰਜੇ ਨੂੰ ਤੁਸੀਂ ਵੋਟਾਂ ਜ਼ਰੂਰ ਪਾਉਣੀਆਂ ਨੇ, ਮੈਂ ਤੁਹਾਡੇ ਕੋਲੋਂ ਗੁਰੂਆਂ ਦੇ ਪੰਜੇ ਦੇ ਲਈ ਵੋਟਾਂ ਮੰਗਣ ਲਈ ਆਈ ਹਾਂ। ਕਾਂਗਰਸ ਪਾਰਟੀ ਬਹੁਤ ਵਧੀਆ ਪਾਰਟੀ ਹੈ, ਇਹ ਗੁਰੂਆਂ ਦੇ ਪੰਜੇ ਵਾਲੀ ਪਾਰਟੀ ਹੈ, ਇਸ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ, ਇਸ ਕਰਕੇ ਵੱਧ ਤੋਂ ਵੱਧ ਤੁਸੀਂ ਪੰਜੇ 'ਤੇ ਮੂਹਰਾਂ ਲਾਉਣੀਆਂ ਨੇ, ਬਟਨ ਦੱਬਣੇ ਹਨ, ਵੋਟਾਂ ਪਾਉਣੀਆਂ ਨੇ। ਅੰਮ੍ਰਿਤਾ ਵੜਿੰਗ ਦੇ ਵੱਲੋਂ ਇਸ ਵਿਵਾਦਿਤ ਬਿਆਨ ਦੇ ਵਿੱਚ ਇਹ ਸਭ ਗੱਲਾਂ ਆਖ ਦਿੱਤੀਆਂ ਗਈਆਂ ਨੇ। ਅੱਗੇ ਵੱਧਦੇ ਹਾਂ, ਗੱਲ ਜੇਕਰ ਵਿਵਾਦਾਂ ਦੀ ਕਰ ਰਹੇ ਹਾਂ ਤਾਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਦੇ ਵੱਲੋਂ ਵੀ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਗਿਆ ਹੈ। ਗੁਰਦਾਸਪੁਰ ਤੋਂ ਸ਼ਹਿਰੀ ਕਲਸੀ ਉਮੀਦਵਾਰ ਨੇ, ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਵੀ ਨੇ, ਉਹਨਾਂ ਦੇ ਲਈ ਇੱਕ ਚੋਣ ਪ੍ਰੋਗਰਾਮ ਕਰਵਾਇਆ ਗੁਰਦੀਪ ਰੰਧਾਵਾ ਨੇ ਅਤੇ ਉਸ ਪ੍ਰੋਗਰਾਮ ਦੇ ਵਿੱਚ ਸ਼ਹਿਰੀ ਕਲਸੀ ਦੇ ਸਾਹਮਣੇ ਉਹਨਾਂ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਆਖਿਆ ਕੋਈ ਅਕਾਲੀਆਂ ਅਤੇ ਕਾਂਗਰਸੀਆਂ ਦਾ ਝੋਲਾ ਤਾਂ ਚੁੱਕ ਕੇ ਵਿਖਾਓ, ਵੇਖਿਓ ਬਣਦਾ ਕੀ ਹੈ, ਮੈਂ ਕੀ ਕੁਝ ਕਰਦਾ ਉਹਨਾਂ ਲੋਕਾਂ ਨਾਲ ਜਿਹੜੇ ਅਕਾਲੀਆਂ ਅਤੇ ਕਾਂਗਰਸੀਆਂ ਦਾ ਸਾਥ ਦੇਣਗੇ। 2 ਸਾਲ ਤਾਂ ਮੈਂ ਚੁੱਪ ਕਰਕੇ ਕੱਢ ਲੈਣੇ, ਪਰ ਤੁਸੀਂ ਮੈਨੂੰ ਜਾਣਦੇ ਨਹੀਂ, ਬਾਅਦ ਵਿੱਚ ਭਾਵੇਂ ਮੈਨੂੰ ਮਾੜਾ ਆਖਿਓ, ਭਾਵੇਂ ਬਹੁਤ ਮਾੜਾ ਆਖਿਓ, ਪਰ ਮੈਂ ਉਹ ਕਰਾਂਗਾ ਅਕਾਲੀਆਂ ਅਤੇ ਕਾਂਗਰਸੀਆਂ ਦਾ ਸਾਥ ਦੇਣ ਵਾਲਿਆਂ ਦੇ ਨਾਲ ਜਿਹੜਾ ਇਹਨਾਂ ਨੇ ਕਦੇ ਸੋਚਿਆ ਨਹੀਂ ਹੋਣਾ। ਬਿਲਕੁਲ ਇਹਨਾਂ ਦਾ ਸਾਥ ਨਾ ਦਿਓ, ਨਹੀਂ ਤਾਂ ਵੇਖਿਓ ਫਿਰ ਤੁਹਾਡੇ ਨਾਲ ਬਣਦੀ ਕੀ ਹੈ। ਸਿੱਧੀ ਸਿੱਧੀ ਆਪ ਉਮੀਦਵਾਰ ਦੇ ਨਾਲ ਖੜ੍ਹੇ ਹੋ ਕੇ ਸਿੱਧੀ ਧਮਕੀ ਆਮ ਆਦਮੀ ਪਾਰਟੀ ਦੇ ਲੀਡਰ ਦੇ ਵੱਲੋਂ ਦੇ ਦਿੱਤੀ ਗਈ। ਹੁਣ ਇਸ ਨੂੰ ਵਿਰੋਧੀ ਪਾਰਟੀਆਂ ਦੇ ਵੱਲੋਂ ਮੁੱਦਾ ਬਣਾਇਆ ਜਾ ਰਿਹਾ ਹੈ। ਅਕਾਲੀ ਹੋਣ, ਕਾਂਗਰਸੀ ਹੋਣ, ਸਾਰਿਆਂ ਦੇ ਵੱਲੋਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਆਪ ਦੇ ਲੀਡਰ 'ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਚੋਣ ਜ਼ਾਬਤੇ ਦੇ ਮੁਤਾਬਕ ਕੀਤੀ ਜਾਣੀ ਚਾਹੀਦੀ ਹੈ। ਇਹ ਤਾਂ ਲੋਕਾਂ ਨੂੰ ਧਮਕੀਆਂ ਦੇਈ ਜਾਂਦਾ ਹੈ, ਕਾਰਵਾਈ ਕਰੋ, ਨਾਲ ਉਮੀਦਵਾਰ 'ਤੇ ਵੀ ਕਾਰਵਾਈ ਕਰੋ। ਵਿਰੋਧੀ ਲੀਡਰਾਂ ਦੇ ਵੱਲੋਂ ਤਾਂ ਇਹ ਵੀ ਮੰਗ ਕੀਤੀ ਜਾ ਰਹੀ ਹੈ। ਅੱਗੇ ਵੱਧਦੇ ਹਾਂ, ਨਗਰ ਨਿਗਮ ਬਟਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਗਰ ਨਿਗਮ ਦਫ਼ਤਰ ਦੇ ਬਾਹਰ ਕੂੜੇ ਵਾਲੀਆਂ ਗੱਡੀਆਂ ਟਰਾਲੀਆਂ ਸਫਾਈ ਕਰਮਚਾਰੀਆਂ ਦੇ ਵੱਲੋਂ ਖੜੀਆਂ ਕਰ ਦਿੱਤੀਆਂ ਗਈਆਂ। ਇਹ ਗੱਡੀਆਂ ਭਰ ਕੇ ਕੂੜੇ ਦੇ ਨਾਲ ਅਤੇ ਦਫ਼ਤਰ ਦੇ ਸਾਹਮਣੇ ਖੜੀਆਂ ਕਰ ਦਿੱਤੀਆਂ। ਦਫ਼ਤਰ ਦੇ ਗੇਟ ਦੇ ਅੱਗੇ ਬੈਠ ਕੇ ਸਫਾਈ ਕਰਮਚਾਰੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਗਈ। ਇਹਨਾਂ ਤੋਂ ਪੁੱਛਿਆ ਗਿਆ ਪ੍ਰਦਰਸ਼ਨ ਕਿਉਂ ਕਰ ਰਹੇ ਹੋ, ਇਹਨਾਂ ਨੇ ਆਖਿਆ 2 ਮਹੀਨੇ ਹੋ ਗਏ, ਤਨਖਾਹਾਂ ਨਹੀਂ ਮਿਲੀਆਂ, ਆਟਾ ਕਿੱਥੋਂ ਲਿਆਈਏ,
ਤੇਲ ਕਿੱਥੋਂ ਲਿਆਈਏ, ਘਰ ਦਾ ਖਰਚਾ ਕਿਵੇਂ ਚਲਾਈਏ, ਗਰੀਬ ਬੰਦੇ ਆ, ਦੋ ਦੋ ਮਹੀਨੇ ਜੇਕਰ ਤਨਖਾਹਾਂ ਨਹੀਂ ਮਿਲਣਗੀਆਂ, ਗੱਲ ਬਣੇਗੀ ਕਿਵੇਂ, ਗ੍ਰਸਥੀ ਚੱਲੇਗੀ ਕਿਵੇਂ, ਘਰ ਬਾਰ ਕਿਵੇਂ ਚਲਾਵਾਂਗੇ, ਸਾਨੂੰ ਸਾਡੀਆਂ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਨਗਰ ਨਿਗਮ ਦਫ਼ਤਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨੇ ਆਖਿਆ ਅਸੀਂ ਤਨਖਾਹਾਂ ਇਹਨਾਂ ਦੀਆਂ ਬਣਾ ਕੇ ਭੇਜ ਦਿੱਤੀਆਂ ਨੇ, ਬਸ ਇਹਨਾਂ ਦੀਆਂ ਤਨਖਾਹਾਂ ਆਉਣੀ ਵਾਲੀਆਂ ਨੇ, ਇਹਨਾਂ ਨੂੰ ਛੇਤੀ ਹੀ ਤਨਖਾਹਾਂ ਮਿਲ ਜਾਣਗੀਆਂ। ਅਧਿਕਾਰੀਆਂ ਦੇ ਵੱਲੋਂ ਇਹ ਬਿਆਨ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਦਿੱਤਾ ਗਿਆ ਹੈ। ਅੱਗੇ ਵੱਧਦੇ ਹਾਂ, ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਭੱਠਾ ਮਜ਼ਦੂਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਆਖਿਆ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਸੁਣਦਾ, ਮਹੀਨਾ ਡੇਢ ਮਹੀਨਾ ਪਹਿਲਾਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਸੀ, ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ ਹੈ, ਜਿਸ ਤੋਂ ਬਾਅਦ ਹੁਣ ਸੜਕ 'ਤੇ ਬੈਠ ਕੇ ਦਫ਼ਤਰ ਦੇ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕਰਨੇ ਪੈ ਗਏ ਨੇ। ਮੰਗ ਇਹ ਹੈ, ਮਹਿੰਗਾਈ ਦੇ ਅੰਕੜੇ ਕਿਉਂ ਨਹੀਂ ਜਾਰੀ ਕਰਦੇ, ਮਹਿੰਗਾਈ ਦੇ ਮੁਤਾਬਕ ਸਾਡੀ ਮਜ਼ਦੂਰੀ ਕਿਉਂ ਨਹੀਂ ਵਧਾਉਂਦੇ, ਮਹਿੰਗਾਈ ਬਹੁਤ ਜ਼ਿਆਦਾ ਵੱਧਦੀ ਜਾਂਦੀ ਹੈ ਅਤੇ ਸਾਡੀ ਘੱਟੋ ਘੱਟ ਮਜ਼ਦੂਰੀ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ, ਮਜ਼ਦੂਰਾਂ ਦੇ ਵਾਲੇ ਸਰਕਾਰਾਂ ਧਿਆਨ ਕਿਉਂ ਨਹੀਂ ਦਿੰਦੀਆਂ, ਇਸੇ ਕਰਕੇ ਹੀ ਸਾਨੂੰ ਹੁਣ ਰੋਸ ਪ੍ਰਦਰਸ਼ਨ ਕਰਨਾ ਪੈ ਗਿਆ ਹੈ। ਜੋ ਭੱਠੇ 'ਤੇ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਨੇ, ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਮਜ਼ਦੂਰਾਂ ਨੂੰ, ਉਹ ਵੀ ਨਹੀਂ ਮਿਲਦੀਆਂ, ਮਹਿੰਗਾਈ ਦੇ ਅਨੁਸਾਰ ਸਾਡੀਆਂ ਮਜ਼ਦੂਰੀਆਂ ਦੇ ਵਿੱਚ ਵਾਧਾ ਵੀ ਨਹੀਂ ਕੀਤਾ ਜਾ ਰਿਹਾ, ਸਰਕਾਰ ਸੁਣਦੀ ਕਿਉਂ ਨਹੀਂ ਹੈ, ਰੋਸ ਪ੍ਰਦਰਸ਼ਨ ਕਰਨਾ ਪੈ ਗਿਆ ਹੈ। ਮਜ਼ਦੂਰ ਇਸ ਮੌਕੇ ਸਰਕਾਰ ਦੇ ਖਿਲਾਫ ਭੜਾਸ ਕੱਢਦੇ ਨਜ਼ਰ ਆਏ ਨੇ। ਅੱਗੇ ਵੱਧਦੇ ਹਾਂ, ਸਰਕਾਰਾਂ ਭਾਵੇਂ ਮਜ਼ਦੂਰਾਂ ਦੀ ਗੱਲ ਨਹੀਂ ਸੁਣਦੀਆਂ, ਪਰ 1 ਮਈ ਨੂੰ ਮਜ਼ਦੂਰ ਦਿਵਸ ਹੈ, ਉਸ ਦਿਨ ਸਰਕਾਰੀ ਛੁੱਟੀ ਜ਼ਰੂਰ ਕਰ ਦਿੱਤੀ ਜਾਂਦੀ ਹੈ। ਇਸ ਵਾਰ ਵੀ 1 ਮਈ ਵਾਲੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ, ਸਰਕਾਰੀ ਛੁੱਟੀ ਰਹੇਗੀ। 1 ਮਈ ਨੂੰ ਸਰਕਾਰੀ ਅਦਾਰੇ ਬੰਦ ਰਹਿਣਗੇ, ਭਾਵੇਂ ਉਹ ਕੰਮਕਾਜੀ ਅਦਾਰੇ ਹੋਣ, ਭਾਵੇਂ ਉਹ ਵਿੱਦਿਅਕ ਅਦਾਰੇ ਹੋਣ, ਸਕੂਲ ਕਾਲਜ ਯੂਨੀਵਰਸਿਟੀਆਂ ਹੋਣ, ਇਹ ਸਾਰੇ 1 ਮਈ ਨੂੰ ਬੰਦ ਰਹਿਣਗੇ। ਮਜ਼ਦੂਰ ਦਿਵਸ ਦੇ ਕਰਕੇ ਸਰਕਾਰ ਦੇ ਵੱਲੋਂ 1 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅੱਗੇ ਵੱਧਦੇ ਹਾਂ, ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਚੋਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ ਅਤੇ ਚੋਰੀਆਂ ਦੇ ਤਰੀਕੇ ਵੀ ਬਦਲ ਰਹੇ ਨੇ। ਹੁਣ ਚੋਰ ਹਾਈ ਫਾਈ ਹੁੰਦੇ ਜਾਂਦੇ ਨੇ, ਉਹਨਾਂ ਦਾ ਪੱਧਰ ਉੱਚਾ ਹੋ ਰਿਹਾ ਹੈ, ਕਾਰਾਂ ਦੇ ਵਿੱਚ ਆਉਂਦੇ ਨੇ ਚੋਰ ਬੜੀ ਟੌਰ ਦੇ ਨਾਲ। ਜਲੰਧਰ ਤੋਂ ਵੀਡੀਓ ਸਾਹਮਣੇ ਆਈ ਹੈ ਚੋਰੀ ਦੀ, ਸਵਿਫਟ ਕਾਰ ਦੇ ਵਿੱਚ ਚੋਰ ਆਏ ਪੂਰੀ ਟੌਰ ਦੇ ਨਾਲ ਅਤੇ ਇੱਕੋ ਹੀ ਰਾਤ ਦੇ ਵਿੱਚ 6 ਦੁਕਾਨਾਂ ਤੋਂ ਚੋਰੀਆਂ ਇਹਨਾਂ ਚੋਰਾਂ ਦੇ ਵੱਲੋਂ ਕੀਤੀਆਂ ਗਈਆਂ। ਭੋਰਾ ਵੀ ਤਕਲੀਫ ਦਾ ਸਾਹਮਣਾ ਇਹਨਾਂ ਚੋਰਾਂ ਨੂੰ ਨਹੀਂ ਕਰਨਾ ਪਿਆ, ਆਰਾਮ ਨਾਲ ਗੱਡੀ ਦੇ ਵਿੱਚ ਆਏ, 1 ਦੁਕਾਨ ਲੁੱਟੀ, ਦੂਜੀ ਦੁਕਾਨ ਲੁੱਟੀ, ਕਾਰ 'ਚ ਬੈਠੇ ਅੱਗੇ ਗਏ, ਤੀਜੀ ਦੁਕਾਨ, ਚੌਥੀ ਦੁਕਾਨ, ਪੰਜਵੀਂ ਅਤੇ ਫਿਰ 6ਵੀਂ ਦੁਕਾਨ, ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਨੂੰ ਲੁੱਟਣ ਦਾ ਕੰਮ ਇਹਨਾਂ ਚੋਰਾਂ ਦੇ ਵੱਲੋਂ ਕੀਤਾ ਗਿਆ। ਕਿਤਾਬਾਂ ਵਾਲੀ ਦੁਕਾਨ ਵੀ ਲੁੱਟ ਲਈ, ਇਸ ਤੋਂ ਇਲਾਵਾ ਮੈਡੀਕਲ ਸਟੋਰ ਵੀ ਲੁੱਟ ਲਿਆ, ਹੋਰ ਜੋ ਜੋ ਵੀ ਦੁਕਾਨਾਂ ਉਹਨਾਂ ਦੇ ਨਿਸ਼ਾਨੇ 'ਤੇ ਸਨ, ਇੱਕੋ ਰਾਤ ਦੇ ਵਿੱਚ 6 ਦੁਕਾਨਾਂ ਨੂੰ ਨਿਸ਼ਾਨਾ ਇਹਨਾਂ ਕਾਰ 'ਤੇ ਆਏ ਚੋਰਾਂ ਦੇ ਵੱਲੋਂ ਬਣਾਇਆ ਗਿਆ। ਸਾਰੇ ਦੁਕਾਨਦਾਰ ਜਿਹੜੇ ਲੁੱਟੇ ਗਏ ਨੇ ਉਹਨਾਂ ਨੇ ਆਖਿਆ ਸਾਡਾ ਇੱਕ ਤਾਂ ਜੋ ਪੈਸਾ ਲੁੱਟਿਆ ਗਿਆ ਹੈ, ਪੈਸਾ ਲੁੱਟਿਆ, ਕੈਸ਼ ਲੁੱਟਿਆ, ਗੱਲੇ ਦੇ ਵਿੱਚੋਂ ਸਾਰੀਆਂ ਦੁਕਾਨਾਂ ਤੋਂ ਕੈਸ਼ ਲੁੱਟਣ ਦਾ ਕੰਮ ਇਹਨਾਂ ਲੋਕਾਂ ਨੇ ਕੀਤਾ, ਜੋ ਜੋ ਕੁਝ ਹੋਰ ਵੀ ਸੀ ਲੁੱਟਿਆ ਜਾ ਸਕਦਾ ਸੀ ਉਹ ਵੀ ਲੁੱਟ ਲਿਆ। ਦੁਕਾਨਦਾਰਾਂ ਨੇ ਆਖਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ, ਚੋਰ ਫੜੇ ਜਾਣੇ ਚਾਹੀਦੇ ਨੇ ਅਤੇ ਜੋ ਸਾਡਾ ਸਮਾਨ ਲੁੱਟਿਆ ਗਿਆ ਹੈ ਉਹ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ। ਅੱਗੇ ਵੱਧਦੇ ਹਾਂ, ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਤੋਂ ਵੀ ਇੱਕ ਖਬਰ ਸਾਹਮਣੇ ਆਈ ਹੈ, ਜਿੱਥੇ ਚੋਰਾਂ ਦੇ ਵੱਲੋਂ ਟੌਰ ਦੇ ਨਾਲ ਇੱਕ ਘਰ ਦੇ ਵਿੱਚ ਚੋਰੀ ਕੀਤੀ ਗਈ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ। ਘਰ ਦੇ ਪਰਿਵਾਰਕ ਮੈਂਬਰ ਪਿੱਛੋਂ ਚੋਰ ਆਏ, ਉਹਨਾਂ ਨੇ ਦਰਵਾਜ਼ੇ ਦੇ ਜੋ ਤਾਲੇ ਹਨ ਜਿੰਦਰੇ ਹਨ ਉਹ ਤੋੜੇ। ਉਸ ਤੋਂ ਬਾਅਦ ਘਰ ਦੇ ਵਿੱਚੋਂ 5-5.5 ਲੱਖ ਰੁਪਏ ਦਾ ਕੈਸ਼ ਉਹਨਾਂ ਨੇ ਚੋਰੀ ਕੀਤਾ। ਉੱਪਰਲੇ ਫਲੋਰ 'ਤੇ ਗਏ, ਉੱਪਰਲੀ ਮੰਜ਼ਿਲ 'ਤੇ ਗਏ, ਉੱਥੇ ਵੀ ਅਲਮਾਰੀਆਂ ਆਦਿ ਖੋਲ੍ਹੀਆਂ, ਸਾਰਾ ਕੁਝ ਫੋਲਿਆ, ਪੱਖਾ ਛੱਡ ਕੇ ਉਹ ਬੈਠੇ ਰਹੇ ਆਰਾਮ ਕਰਕੇ, ਕਿਉਂਕਿ ਚੋਰੀ ਕਰਕੇ ਥੱਕ ਗਏ ਹੋਣਗੇ। ਉਸ ਤੋਂ ਬਾਅਦ ਪੱਖਾ ਛੱਡ ਕੇ ਆਰਾਮ ਕਰਕੇ ਚੋਰ ਉੱਥੋਂ ਗਏ। ਇਹ ਸਾਰੀ ਜਾਣਕਾਰੀ ਜੋ ਘਰ ਦੇ ਮੈਂਬਰ ਨੇ ਉਹਨਾਂ ਨੇ ਦਿੱਤੀ ਹੈ ਕਿ ਵੇਖੋ ਕਿੰਨੇ ਆਰਾਮ ਦੇ ਨਾਲ ਇਹ ਚੋਰੀਆਂ ਚੋਰ ਕਰ ਰਹੇ ਨੇ। ਉਹਨਾਂ ਨੂੰ ਡਰ ਵੀ ਨਹੀਂ ਹੈ, ਆਰਾਮ ਵੀ ਕਰਕੇ ਜਾਂਦੇ ਨੇ, ਪੱਖੇ ਛੱਡ ਕੇ ਟੌਰ ਦੇ ਨਾਲ ਬੈਠ ਕੇ ਜਾਂਦੇ ਨੇ। ਅਜਿਹਾ ਮਾਹੌਲ ਨਹੀਂ ਬਣਨਾ ਚਾਹੀਦਾ। 1.5 ਸਾਲ ਪਹਿਲਾਂ ਵੀ ਸਾਡੇ ਘਰ ਦੇ ਵਿੱਚ ਚੋਰੀ ਹੋਈ ਸੀ, ਉਸ ਵੇਲੇ ਉਹ 1.5 ਲੱਖ ਰੁਪਏ ਦੀ ਚੋਰੀ ਕਰਕੇ ਗਏ ਸਨ ਅਤੇ ਇਸ ਵਾਰ ਤਾਂ ਉਹ 5-5.5 ਲੱਖ ਨੂੰ ਪਹੁੰਚ ਗਏ ਨੇ। ਸਾਨੂੰ ਇਨਸਾਫ ਮਿਲਣਾ ਚਾਹੀਦਾ, ਚੋਰ ਫੜੋ, ਸਾਡੇ ਪੈਸੇ ਵਾਪਸ ਕਰਵਾਓ। ਪ੍ਰਸ਼ਾਸਨ ਦੇ ਅੱਗੇ ਪੀੜਤਾਂ ਨੇ ਇਹ ਮੰਗ ਰੱਖੀ ਹੈ। ਅੱਗੇ ਵੱਧਦੇ ਹਾਂ। ਪੰਜਾਬ ਦੇ ਵਿੱਚ ਪੱਛਮੀ ਗੜਬੜ ਇੱਕ ਵਾਰ ਫਿਰ ਤੋਂ ਸਰਗਰਮ ਹੈ। 29 ਅਪ੍ਰੈਲ ਵਾਲੇ ਦਿਨ ਵੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਬਦਲਵਾਈ ਰਹੀ, ਤੇਜ਼ ਹਵਾਵਾਂ ਚੱਲੀਆਂ, ਕਿਣ-ਮਿਣ ਹੁੰਦੀ ਰਹੀ, ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ ਅਤੇ ਜ਼ਬਰਦਸਤ ਸ਼ਰਾਟੇ ਵੀ ਵੇਖਣ ਨੂੰ ਮਿਲੇ। 30 ਅਪ੍ਰੈਲ ਦੇ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ। ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ, ਜ਼ਬਰਦਸਤ ਤਰੀਕੇ ਨਾਲ ਬੱਦਲ ਗਰਜ ਸਕਦੇ ਨੇ, ਬਿਜਲੀ ਚਮਕੇਗੀ ਅਤੇ ਤੇਜ਼ ਹਵਾਵਾਂ ਚੱਲਣਗੀਆਂ। 1 ਮਈ ਤੋਂ ਮੌਸਮ ਪੰਜਾਬ ਦੇ ਵਿੱਚ ਸਾਫ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਤਾਪਮਾਨ ਵਧੇਗਾ, ਗਰਮੀ ਵੱਟ ਕੱਢ ਸਕਦੀ ਹੈ 1 ਮਈ ਤੋਂ ਬਾਅਦ। ਮੌਸਮ ਵਿਭਾਗ ਨੇ ਇਹ ਸੰਭਾਵਨਾਵਾਂ ਜਤਾਈਆਂ ਨੇ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ, ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ TV, ਹਰ ਖਬਰ ਦਾ ਸੱਚ।